ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੁੱਚੇ ਗੁਰੂ ਪੰਥ ਖਾਲਸੇ ਨੂੰ, ਸਮੁੱਚੀਆਂ ਭਜੰਗ ਸਿੰਘ ਨਿਹੰਗ ਸਿੰਘ ਫੌਜਾਂ ਨੂੰ, ਫੌਜਾਂ ਵੱਲੋਂ ਸਮੁੱਚੇ ਪੰਥ ਵੱਲੋਂ ਬੇਅੰਤ ਬੇਅੰਤ ਹੋਲੇ ਮਹੱਲੇ ਦੀਆਂ ਵਧਾਈਆਂ। ਅਤੇ ਰਹੀ ਗੱਲ ਸ਼ਸਤਰਾਂ ਦੀ, ਮਹਾਰਾਜ ਕਹਿੰਦੇ ਆ ਤਾਵੇ ਭੰਨਿਓ ਗਰੀਬ ਨਿਵਾਜ, ਸ਼ਸਤਰ ਕੇ ਅਧੀਨ ਹੈ ਰਾਜ। ਧਨੰਗ ਸੰਘ ਸਾਰੇ ਪ੍ਰਭੂ ਜੀ ਸੁਣਾਈ, ਬਿਨਾਂ ਤੇਗ ਤੀਰੰਗ ਰਹੇ ਨਾਹੀਂ ਭਾਈ, ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ, ਗਹੇ ਕਾਨ ਤਾਂ ਕੋ ਕਿਤੇ ਲੈ ਸਦਾਨੋ, ਇਹੀ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾਂ ਸ਼ਸਤਰ ਕੇ ਸੰਗ ਨਾ ਦੇਵੋ ਦਿਦਾਰੇ। ਮਹਾਰਾਜ ਕਹਿੰਦੇ ਵੀ ਜਿਹੜਾ ਸ਼ਸਤਰਾਂ ਤੋਂ ਬਿਨਾਂ ਉਹ ਮੇਰਾ ਸਿੱਖ ਨਹੀਂ ਗਾ, ਉਹ ਮੇਰਾ ਸਿੰਘ ਨਹੀਂ ਗਾ। ਸ਼ਸਤਰਹੀਣ ਜੋ ਖਾਲਸਾ ਤੇ ਸਹੀ ਜਾਨੋ ਭੇਡ, ਇਹ ਹੋਲਾ ਮਹੱਲਾ ਖਾਲਸੇ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਅਤੇ ਇਹਦੇ ਉੱਤੇ ਅਸੀਂ ਆਪਣੇ ਮਾਰਸ਼ਲ ਆਰਟ ਜਿਹੜਾ ਦਿਖਾਉਣਾ, ਗੱਤਕਾ ਦਿਖਾਉਣਾ, ਸ਼ਸਤਰ ਵਿਦਿਆ। ਹੁਣ ਫੌਜਾਂ ਨੇ ਮਹੱਲੇ ਕੱਢਣੇ ਆ, ਮਹੱਲੇ ਚੜ੍ਹਨਾ ਵਾ, ਘੋੜ ਸਵਾਰ ਫੌਜਾਂ ਬੇਅੰਤ ਫੌਜਾਂ ਨੇ ਹੁਣ ਤਿੰਨ ਤਿੰਨ ਚਾਰ ਚਾਰ ਘੋੜਿਆਂ 'ਤੇ ਸਵਾਰੀ ਕਰਨੀ ਆ, ਕੀਲੇ ਵੱਟਣੇ ਨੇ, ਤੀਰ ਅੰਦਾਜ਼ੀ, ਹੋਰ ਬੇਅੰਤ ਸ਼ਸਤਰਾਂ ਵਸਤਰਾਂ ਦਾ ਪ੍ਰਦਰਸ਼ਨ ਕੀਤਾ ਜਾਣਾ। ਬਾਕੀ ਇਤਿਹਾਸ ਇਹਦਾ ਇਹ ਆ ਹੋਲੇ ਮਹੱਲੇ ਦਾ, ਜਿਹੜਾ ਕਿਹਾ ਜਾਂਦਾ ਕਿ ਹੋਲੀ ਦਾ ਰੰਗ ਪਾਉਣਾ ਗਲਤ ਆ, ਇਹ ਗਲਤ ਨਹੀਂ ਹੈਗਾ। ਲਾਲ ਰੰਗ ਜਿਹੜਾ ਪਵਿੱਤਰ ਮੰਨਿਆ ਗਿਆ ਵਾ, ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਹੀ ਨਾ ਲਾਗੇ ਦਾਗਾ, ਇਹ ਪਵਿੱਤਰ ਰੰਗ ਆ। ਪਰ ਆਪਾਂ ਇਹਨੂੰ ਨਾਮ ਦੇ ਨਾ ਰੰਗ ਨਾਲ ਰੰਗਣਾ ਵਾ ਆਪਣਾ ਮਨ। ਬਾਹਰੋਂ ਤਾਂ ਸਾਰੀ ਮੈਂ ਵੀ ਨਿਹੰਗ ਬਣਿਆ ਫਿਰਦਾ, ਹੋਰ ਵੀ ਬਹੁਤ ਆ, ਪਰ ਮਨੋ ਔਰ ਤਨੋ ਨਿਹੰਗ ਸਿੰਘ ਸਜਣਾ ਬਹੁਤ ਮੁਸ਼ਕਲ ਆ। ਨਿਹੰਗ ਹੰਗਤਾ ਤੋਂ ਰਹਿਤ, ਸਮੁੱਚੇ ਵਿਕਾਰਾਂ ਤੋਂ ਰਹਿਤ, ਮਨ ਨੂੰ ਜਿੱਤਣ ਵਾਲਾ ਨਿਹੰਗ ਸਿੰਘ ਆ। ਅੱਧੇ ਨਿਹੰਗ ਸਿੰਘ ਆਪਾਂ ਬਾਣਾ ਪਾ ਕੇ ਬਣ ਜਾਂਦੇ ਹਾਂ, ਪਰ ਪੂਰਨ ਜੇ ਬਣਦਾ ਪਹਿਲਾਂ ਬ੍ਰਹਮ ਗਿਆਨੀ, ਬ੍ਰਹਮ ਦੀ ਅਵਸਥਾ ਦੇ ਵਿੱਚ ਭੇਰ ਹੋਣਾ ਪੈਂਦਾ। ਗੁਰੂ ਗੋਬਿੰਦ ਸਿੰਘ ਜੀ ਨਿਹੰਗ ਨੇ, ਮਹਾਰਾਜ ਨੂੰ ਭਾਈ ਨੰਦ ਲਾਲ ਜੀ ਨੇ ਲਿਖਿਆ, ਮਹਾਰਾਜ ਕਹਿੰਦੇ ਭਾਈ ਨੰਦ ਲਾਲ ਜੀ ਨੇ ਲਿਖਿਆ ਵਾ ਵੀ ਵੈ ਬਹਿਰੇ ਤਿਹਾਰ ਦਮਿੰਦਾ ਨਿਹੰਗ, ਮਹਾਰਾਜ ਜੰਗ ਦੇ ਸਮੁੰਦਰ ਦੇ ਨਿਹੰਗ ਸਿੰਘ ਆ। ਨਿਹੰਗ ਸਿੰਘ ਉਹੀ ਆ ਜਿਹੜਾ ਗਊ ਗਰੀਬ ਦੇ ਰੱਖਿਆ ਕਰੇ, ਹੱਕ ਸੱਚ ਲਈ ਖੜੇ। ਇਹ ਨਹੀਂ ਵੀ ਹਰੇਕ ਦੇ ਮੂੰਹ 'ਤੇ ਜਾ ਕੇ ਚਾਂਟਾ ਮਾਰਤਾ ਜਾਂ ਵੜਕਾ ਮਾਰ ਕੇ ਫਿਰੀ ਗਏ, ਉਹ ਨਿਹੰਗ ਸਿੰਘ ਨਹੀਂ ਗਏ। ਨਿਹੰਗ ਸਿੰਘ ਹੱਕ ਸੱਚ ਲਈ ਲੜਦਾ, ਗਊ ਗਰੀਬ ਦੀ ਰੱਖਿਆ ਕਰਦਾ। ਸ਼ਸਤਰਹੀਣ ਤਾਂ ਕਬਹੂ ਹੋਈ, ਰਹਿਤਵੰਤ ਖਾਲਸਾ ਹੈ ਸੋਈ। ਸ਼ਸਤਰ ਦੋ ਤਰ੍ਹਾਂ ਦੇ ਆ, ਪਹਿਲੇ ਤਾਂ ਸਰਬਲੋ ਦੇ ਜਿਹੜੇ ਆਪਾਂ ਸ਼ਸਤਰ ਪਹਿਨੇ ਹਾਂ, ਅਤੇ ਦੂਜੇ ਹੈਗੇ ਆ ਜਿਹੜਾ ਗਿਆਨ ਦੀ ਖੜਕ ਹੋਣੀ ਚਾਹੀਦੀ ਆ, ਬਹੁਤ ਜ਼ਰੂਰੀ ਆ, ਕਿਉਂਕਿ ਗਿਆਨਹੀਣ ਬੰਦਾ, ਅਧੂਰਾ ਗਿਆਨ ਹਮੇਸ਼ਾ ਘਾਤਕ ਆ। ਸ਼ਸਤਰ ਵਿੱਦਿਆ ਅਤੇ ਸ਼ਸਤਰਾਂ ਤੋਂ ਬਿਨਾਂ ਵੀ ਨਿਹੰਗ ਸਿੰਘ ਨਹੀਂ, ਅਤੇ ਗਿਆਨ ਦੀ ਖੜਕ ਤੋਂ ਬਿਨਾਂ ਵੀ ਨਿਹੰਗ ਸਿੰਘ ਨਹੀਂ। ਸਾਨੂੰ ਸ਼ਸਤਰ ਵਿੱਦਿਆ ਦਾ ਵੀ ਅਭਿਆਸ ਕਰਨਾ ਚਾਹੀਦਾ, ਬਾਣੀ ਬਾਣੀ ਨਾਲ ਜੁੜੇ ਰਹਿਣਾ ਚਾਹੀਦਾ।